ਦੋ ਦਿਨ ਪਹਿਲਾਂ ਥਾਣਾ ਜੰਡਿਆਲਾ ਅਧੀਨ ਪੈਂਦੇ ਪਿੰਡ ਛਾਪਾ ਰਾਮ 'ਚ ਹੋਏ ਦੋ ਦੋਸਤਾਂ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਿਨੌਣੇ ਜੁਰਮ ਨੂੰ ਨੇਪਰੇ ਚਾੜਨ ਵਾਲਾ ਕੋਈ ਹੋਰ ਨਹੀਂ, ਮ੍ਰਿਤਕ ਗੁਰਪ੍ਰੀਤ ਸਿੰਘ ਗੋਪੀ ਦੀ ਪਤਨੀ ਹੀ ਨਿਕਲੀ ਹੈ, ਜਿਸ ਦੇ ਮਾਨਾਵਾਲਾ ਵਾਸੀ ਨਿਰਮਲ ਸਿੰਘ ਨਾਲ ਨਜਾਇਜ਼ ਸਬੰਧ ਸਨ, ਜਿਸ ਦੇ ਹੱਥੋਂ ਕਤਲ ਕਰਵਾਇਆ ਗਿਆ ਤਾਂ ਜੋ ਉਸ ਦੀ ਪ੍ਰੇਮ ਲੀਲਾ ਵਿੱਚ ਰੋੜਾ ਬਣਨ ਵਾਲੇ ਉਸਦੇ ਪਤੀ ਨੂੰ ਰਸਤੇ 'ਚੋਂ ਲਾਂਭੇ ਕੀਤਾ ਜਾ ਸਕੇ। ਇਸ ਸੰਬੰਧੀ ਵਧੇਰੇ ਖੁਲਾਸਾ ਕਰਦਿਆਂ ਇੱਕ ਪੱਤਰਕਾਰ ਸੰਮੇਲਨ 'ਚ ਜ਼ਿਲ੍ਹਾ ਦਿਹਾਤੀ ਪੁਲਿਸ ਮੁਖੀ ਪਰਮਪਾਲ ਸਿੰਘ ਨੇ ਦੱਸਿਆ ਹੈ ਕਿ ਥਾਣਾ ਜੰਡਿਆਲਾ ਵਿਖੇ ਦਰਜ ਇਸ ਅੰਨੇ ਕਤਲ ਦੇ ਮਾਮਲੇ ਵਿੱਚ 28 ਨਵੰਬਰ ਦੀ ਰਾਤ ਅਣਪਛਾਤੇ ਹਮਲਾਵਰਾਂ ਨੇ ਮਕਬੂਲਪੁਰਾ ਵਾਸੀ ਗੁਰਪ੍ਰੀਤ ਸਿੰਘ ਗੋਪੀ ਅਤੇ ਉਸਦੇ ਦੋਸਤ ਮਨਦੀਪ ਸਿੰਘ ਨਿੱਕਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਿਸ ਦੇ ਸੰਬੰਧ 'ਚ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। SP ਇਨਵੈਸਟੀਗੇਸ਼ਨ ਹਰਪਾਲ ਸਿੰਘ ਦੀ ਅਗਵਾਈ ਹੇਠ ਬਣੀ ਇਸ ਟੀਮ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਸੂਈ ਵਾਰ ਵਾਰ ਕਿਸੇ ਕਰੀਬੀ ਰਿਸ਼ਤੇਦਾਰ ਵੱਲ ਹੀ ਮੁੜਦੀ ਨਜ਼ਰ ਆਈ ਅਤੇ ਘਰ ਦੇ ਦੁਖਦਾਈ ਮਾਹੌਲ ਨੂੰ ਧਿਆਨ 'ਚ ਰੱਖਦਿਆਂ ਪੁਲਿਸ ਪਾਰਟੀ ਨੇ ਆਪਣੀ ਜਾਂਚ ਨੂੰ ਖੁਫੀਆ ਤੌਰ 'ਤੇ ਜਾਰੀ ਰੱਖਿਆ ਅਤੇ ਸੰਸਕਾਰ ਦੀ ਰਸਮ ਪੂਰੀ ਹੋਣ ਮਗਰੋਂ ਪੁਲਿਸ ਪਾਰਟੀ ਨੇ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਪਤਨੀ ਮਨਮੀਤ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਪੂਰਾ ਸੱਚ ਉਗਲ ਦਿੱਤਾ। ਦੋ ਲੜਕੇ ਮਨਦੀਪ ਸਿੰਘ ਨਿੱਕਾ ਅਤੇ ਗੁਰਪ੍ਰੀਤ ਸਿੰਘ ਗੋਪੀ, ਤੁਹਾਨੂੰ ਪਤਾ ਹੋਣਾ 29 ਤਰੀਕ ਨੂੰ ਉਹਨਾਂ ਦੀ ਬਾਡੀਜ਼ ਇੱਥੇ ਮਿਲੀਆਂ ਸੀਗੀਆਂ। ਉਹਨਾਂ ਨੂੰ ਬੜੇ ਬੁਰੀ ਤਰ੍ਹਾਂ ਮਾਰਿਆ ਗਿਆ ਸੀ। ਪੁਲਿਸ ਨੇ ਬੜੀ ਸਾਇੰਟੀਫਿਕ ਇਨਵੈਸਟੀਗੇਸ਼ਨ ਨਾਲ ਬੜੀ ਮਿਹਨਤ ਕਰਕੇ ਉਹਦੇ ਵਿੱਚ ਜਿਹੜਾ ਮੇਨ ਕਾਤਲ ਹੈ ਉਹਨੂੰ ਫੜਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਹਦੇ ਨਾਲ ਉਹਦੀ ਮਰਨ ਵਾਲੇ ਦੀ ਗੁਰਪ੍ਰੀਤ ਗੋਪੀ ਦੀ ਵਾਈਫ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਵੀ ਕਤਲ ਦਾ ਕਾਰਨ ਇਹ ਸੀ ਵੀ ਜਿਹੜਾ ਨਿਰਮਲ ਸਿੰਘ ਨਿੰਮਾ ਜਿਹੜੇ ਕਿਹੜੇ ਪੇਂਟਰ ਦਾ ਕੰਮ ਕਰਦਾ, ਇਹਨਾਂ ਦੇ ਘਰ ਪੇਂਟਿੰਗ ਕਰਨ ਜਾਂਦਾ ਸੀ ਅਤੇ ਗੁਰਪ੍ਰੀਤ ਸਿੰਘ ਗੋਪੀ ਦੀ ਵਾਈਫ ਦੇ ਨਾਲ ਉਹਦੇ ਨਜਾਇਜ਼ ਸੰਬੰਧ ਹੋ ਗਏ ਅਤੇ ਨਜਾਇਜ਼ ਸੰਬੰਧ ਹੋਣ ਕਰਕੇ ਉਹ ਇੱਥੇ ਕਾਫੀ ਪ੍ਰੈਸ਼ਰ ਪਾਉਂਦੀ ਸੀ ਵੀ ਇਹਨੂੰ ਰਸਤੇ 'ਚੋਂ ਹਟਾਉਣਾ। ਇਹਦੇ ਸਾਲੇ ਦਾ ਵਿਆਹ ਸੀ, ਕੱਲ੍ਹ ਸਾਲੇ ਦੇ ਵਿਆਹ ਤੋਂ ਪਹਿਲਾਂ ਇਸ ਕੰਮ ਨੂੰ ਨੇਪਰੇ ਚਾੜਨਾ। ਉਹਨੇ ਕਈ ਵਾਰ ਅੱਗੇ ਵੀ ਟਰਾਈ ਕੀਤਾ ਬਟ ਉਹਨੂੰ ਮੌਕਾ ਨਹੀਂ ਮਿਲਿਆ ਅਤੇ ਹੁਣ ਜਦੋਂ ਉਹਨੂੰ ਮੌਕਾ ਮਿਲਿਆ ਤਾਂ ਉਹਨੇ ਉਹਨਾਂ ਸਾਰਿਆਂ ਨੂੰ ਬੁਲਾ ਕੇ ਪਹਿਲਾਂ ਆਪਣੇ ਘਰ ਸ਼ਰਾਬ ਪਿਲਾਈ। ਸ਼ਰਾਬ ਬੁਲਾ ਕੇ ਉਹਨਾਂ ਨੇ ਕਿਹਾ ਵੀ ਅਸੀਂ ਜੁੱਤੀ ਖਰੀਦਣੀ ਹੈ, ਜੁੱਤੀ ਖਰੀਦਣ ਵਾਸਤੇ ਉਹਨਾਂ ਨੂੰ ਨਾਲ ਲੈ ਗਿਆ ਅਤੇ ਜਿੱਥੇ ਰਸਤੇ ਦੇ ਵਿੱਚ ਉਹਨਾਂ ਸ਼ਰਾਬੀ ਹਾਲਤ ਦੇ ਵਿੱਚ ਉੱਥੇ ਦਾਤਰ 'ਤੇ ਵਾਰ ਕਰਕੇ ਉਹਨੂੰ ਮਾਰਤਾ ਅਤੇ ਨਾਲ ਹੀ ਉਹਦੇ ਦੋਸਤ ਨੂੰ ਵੀ ਮਾਰਤਾ। ਹਾਂਜੀ, ਕਿਉਂਕਿ ਦੋਨੋਂ ਸ਼ਰਾਬੀ ਹਾਲਤ ਦੇ ਵਿੱਚ ਸੀ, ਉਹਨਾਂ ਕੋਲ ਸੰਭਲਿਆ ਨਹੀਂ ਗਿਆ, ਪਹਿਲਾਂ ਉਹਨਾਂ ਨੂੰ ਸ਼ਰਾਬ ਪਿਲਾਈ ਹੈ ਰਚ ਕੇ। ਅਸੀਂ ਸਾਇੰਟੀਫਿਕ ਇਨਵੈਸਟੀਗੇਸ਼ਨ ਫੋਨ ਇਹ ਉਹ ਸਾਰਾ ਤੁਹਾਨੂੰ ਪਤਾ ਹੀ ਹੈ, ਸਾਰਾ ਕੁਛ ਜੋ ਪੁਲਿਸ ਵੱਲੋਂ ਇਹਦੀ ਤਫਤੀਸ਼ ਸੰਬੰਧੀ ਕੀਤਾ ਜਾ ਸਕਦਾ ਸੀ ਕੀਤਾ ਗਿਆ, ਕਿਉਂਕਿ ਕੱਲ੍ਹ ਕਮਿਸ਼ਨ ਸੀ ਇਸ ਕਰਕੇ ਸਾਰੀ ਗੱਲ ਨੂੰ ਸਾਂਭ ਕੇ ਕੀ ਉਹਦੀ ਵਾਈਫ ਦਾ ਰੋਲ ਹੈ ਸਾਰਾ ਕੁਛ ਕਰਕੇ ਉਹਨੂੰ ਵੀ ਫੜਿਆ ਗਿਆ। ਕਿੰਨੇ ਪੁਰਾਣੇ ਰਿਲੇਸ਼ਨ ਹੈ? ਹਾਂਜੀ, ਕਾਫੀ ਦੇਰ ਰਿਲੇਸ਼ਨ ਨੇ। ਕੋਈ ਨਹੀਂ, ਉਹ ਤਾਂ ਫੜਨਾ ਤਾਂ ਦਾਤਰ ਸੀ ਜੀ, ਦਾਤਰ ਫੜਿਆ ਗਿਆ, ਕਮੀਜ਼ ਫੜੀ ਗਈ ਹੈ। ਹਾਂਜੀ, ਮੋਬਾਈਲ ਉਹਨੇ ਉਹਦੀ ਵਾਈਫ ਨੂੰ ਵੀ ਮੋਬਾਈਲ ਲੈ ਕੇ ਦਿੱਤਾ ਹੋਇਆ ਸੀ ਜਿਸ ਤੋਂ ਗੱਲ ਕਰਦੇ ਸੀ, ਉਹ ਫੋਨ ਵੀ ਮਿਲ ਗਿਆ ਜਿਹਦੀ ਤੋਂ ਉਹ ਆਪਸ 'ਚ ਗੱਲ ਕਰਦੇ ਹੁੰਦੇ ਸੀ। ਨਹੀਂ, ਉਹਦਾ ਰੋਲ ਇਹ ਸੀ ਬੇਸਿਕਲੀ ਉਹਦੇ ਨਾਲ ਸੀ, ਕਿਉਂਕਿ ਹੁਣ ਉਹਦੇ ਨਾਲ ਸੀ ਉਹ ਵਿਚਾਰਾ ਇਸ ਕਰਕੇ ਭੰਗਦੇ ਭੜੇ। ਖੈਰ ਦੋਨੋਂ ਹੀ ਬੰਦੇ, ਬੜਾ ਮਾੜਾ ਇੰਸੀਡੈਂਟ ਹੈ, ਪਰ ਇਸ ਕਤਲ ਦੀ ਵਜ੍ਹਾ ਰੰਜਿਸ਼ ਜਨਾਨੀ ਦੇ ਨਾਲ ਉਹਦੇ ਸੰਬੰਧ ਹੋਣਾ ਸੀ। ਬਿਊਰੋ ਰਿਪੋਰਟ,
ਪੰਜਾਬ ਟੂਡੇ।